ਸ਼੍ਰੀਕਾਲ ਜੀ, ਹੋਰ ਕਿਵੇਂ ਹੋ? ਸਾਰੇ ਠੀਕ ਠਾਕ ਹੋ? ਅੱਜ ਸਾਡੇ ਕਾਲਜ ਵਿੱਚ ਖਾਲਸਾ ਕਾਲਜ ਵਿਸਾਖੀ ਦਾ ਮੇਲਾ। ਹੋਰ ਤੁਸੀਂ ਮੇਲੇ ਦੇ ਬੜੇ ਸੋਹਣੇ ਹੋਣਗੇ, ਪਰ ਖਾਲਸਾ ਕਾਲਜ ਦੀ ਵਿਸਾਖੀ ਨਹੀਂ ਸੁਣੀ ਹੋਊਗੀ, ਉਹ ਤੁਹਾਨੂੰ ਅੱਜ ਬਲੌਗ ਵਿੱਚ ਸੁਣਾਵਾਂਗੇ, ਤੇ ਬਾਕੀ ਤੁਹਾਨੂੰ ਲੱਭੀ ਹੋਣੀ ਦੱਸਦੇ। ਪਹਿਲਾਂ ਤਾਂ ਨਹੀਂ ਕਦੀ ਇੰਨਾ ਮਨਾਇਆ, ਤੇ ਪਹਿਲਾਂ ਤਾਂ ਪਹਿਲਾਂ ਲੌਕਡਾਊਨ 'ਚ ਲੰਘ ਗਿਆ ਸਾਰਾ ਸਮਾਂ, ਤੇ ਹੁਣ ਐਤਕੀ ਮਨਾਉਣ ਲੱਗੇ ਆ। ਅੱਜ ਪਹਿਲੀ ਵਿਸਾਖੀ ਆਈ ਆ ਤੇ ਪੂਰੇ ਧੂਮਧਾਮ ਨਾਲ ਮੱਚ ਮਨਾਈ ਜਾ ਰਹੀ ਆ, ਭਰਿਆ ਵੀ ਵਾਧੂ ਆ ਪੂਰੀ ਹਰਿਆ ਨਾਲ ਦੇ ਆਉਂਦੇ ਆ, ਤੇ ਫਿਰ ਤੁਹਾਨੂੰ ਸਾਰਾ ਮਾਹੌਲ ਚੱਲ ਦਿਖਾਉਂਦੇ ਆ। ਅੱਜ ਤਿੰਨ ਚਾਰ ਜਣੇ ਹੀ ਆ, ਤੇ ਫਿਰ ਹੁੰਦੇ ਇੱਕ ਦੋ ਜਣੇ ਹੋਰ, ਤੇ ਫਿਰ ਆਪਾਂ ਦਿਖਾਉਂਦੇ ਆ ਤੁਹਾਨੂੰ ਸਾਰਾ ਮਾਹੌਲ ਚੱਲ ਆ ਜਾਓ ਵੀ। ਚਲੋ ਠੀਕ ਹੈ ਜੀ। ਚੂੜੀਆਂ ਵਾਲਾ ਵੀਰ ਆਪਣਾ ਇਹ ਹੈ ਵੀਰ ਬੰਜਾਰਾ, ਇਹਨੇ ਪਾ ਲੈਣੀਆਂ ਤਾਂ ਗਜਰਾ ਗਜਰਾ ਲੈਣਾ ਆ। ਚੂੜਾ ਨੀ ਹੈਗਾ ਵੀਰ, ਚੂੜਾ ਪੈਸੇ ਵੀ ਦੇ ਪੈਸੇ ਵੀ ਲਿਆ ਦਿੰਦੇ। ਮੇਲਾ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਜੀ। ਜ਼ਮਾਨੇ ਦਾ ਆ ਪੀੜੀ ਰੇਡੀਓ ਵੀ ਆ, ਪੰਜਾਬ ਦਾ ਵੀ ਲਿਖਿਆ ਨਾਲੇ। ਦੱਸੋ ਕੁਛ ਭਾਈ, ਪੁਰਾਣੇ ਭਾਂਡੇ ਭਾਈ ਆਪਣੇ ਪੰਜਾਬ ਦਾ ਸੱਭਿਆਚਾਰ ਸਾਰਾ ਇਹਨਾਂ ਤੋਂ ਇਹਨੂੰ ਕੀ ਪੀਤੀ ਜਾਂਦੀ ਸੀਗੀ ਪਹਿਲੇ, ਮੈਂ ਸਬਜ਼ੀ ਵੀ ਖਾ ਲੈਂਦੇ ਸੀ। ਠੀਕ ਹੈ, ਉਹਨੇ ਹੱਸਣਾ ਨਹੀਂ ਭਾਈ, ਇਹਦੇ ਵਿੱਚ ਤਾਂ ਤੇਸ ਬਹੁਤ ਹੁੰਦਾ ਭਾਜੀ। ਸਹੀ ਗੱਲ, ਸੀਰੀਅਸਲੀ ਕਹਿੰਦੇ ਇਹਨਾਂ ਨੂੰ ਇਹ ਦਾਦਾ ਮੇਰਾ ਦਾਦਾ। ਇਹ ਆਪਣਾ ਲੱਸੀ ਵਾਲਾ ਗਲਾਸ ਭਾਜੀ, ਠੀਕ ਹੈ, ਕੜੇ ਵਾਲਾ ਗਲਾਸ ਕਹਿੰਦੇ ਹੁੰਦੇ ਆ। ਕਿਹੜਾ ਵਾਲਾ? ਕੜੇ ਵਾਲਾ, ਕੜੇ ਵਾਲਾ ਗਲਾਸ ਹੈ। ਆਹੋ, ਲਿਖਣ ਦੀ ਲੋੜ ਹੀ ਨਾ ਪਵੇ ਤੁਹਾਨੂੰ। ਤੂੰ ਸੁਣਾ ਫਿਰ, ਮੈਂ ਸੁਣਾ ਦਿੰਦਾ। ਅੱਧਾ ਕਿਲੋ ਦਾ ਹੋਊਗਾ ਭਾਜੀ, ਮਾਹੌਲ ਚੱਲ ਪੂਰਾ ਜ਼ਿਆਦਾ ਵਧੀਆ ਬਣ ਗਿਆ ਵਾ, ਤੇ ਨਾਲ ਆਪਣੇ ਬੇਲੀ ਜੁੜ ਗਏ ਆ ਮੇਲਾ ਵੇਖਣ ਵਾਲੇ ਸਾਰੇ, ਤੇ ਹੁਣ ਮੇਲਾ ਵੇਖਣ ਦੇ ਪੂਰੇ ਸਾਰੇ ਆਪਣੇ ਕਲਾਸਮੇਟ ਹੀ ਆ ਬੰਦੇ। ਹੈਲੋ, ਮਾਹੌਲ ਚੱਲਦਾ ਵਾਲੇ ਉੱਧਰ ਸਾਰੀਆਂ ਦੁਕਾਨਾਂ ਦੁਕਾਨਾਂ ਵੀ ਲੱਗੀਆਂ ਵਾ, ਦਿਖਾਉਂਦੇ ਹਾਂ ਤੁਹਾਨੂੰ। ਬਾਕੀ ਇਹ ਮੇਲਾ ਜਿਸ ਤਰ੍ਹਾਂ ਆਮ ਪਿੰਡਾਂ 'ਚ ਹੁੰਦਾ ਆਪਣੇ ਲੱਗੇ ਹੁੰਦੇ ਆ, ਆਮ ਪਿੰਡਾਂ ਜਿਹੜੇ ਮੇਲੇ ਹੁੰਦੇ ਆ, ਸੇਮ ਉੱਦਾਂ ਹੀ ਆ, ਸਾਰੀਆਂ ਦੁਕਾਨਾਂ ਵਗੈਰਾ ਉਸ ਤਰ੍ਹਾਂ ਹੀ ਲੱਗੀਆਂ ਵਾ, ਅਤੇ ਭੂੜੇ ਭੰਗਾੜੇ ਵੀ ਸਾਰੇ ਉਸ ਤਰ੍ਹਾਂ ਹੀ ਆ, ਦੁਕਾਨਾਂ ਦੁਕਾਨਾਂ ਮਤਲਬ ਜਿੰਨੀਆਂ ਵੀ ਹੁੰਦੀਆਂ ਵਾ, ਬੇੜੀ ਸਾਰਾ ਬੇੜੀ ਦੇ ਵਧੇ ਆ ਮੇਲਾ, ਫਿਰ ਆਪਾਂ ਵੇਹਦੇ ਹਾਂ ਕਈ ਦੇ ਵੀਰ ਪਿੰਡ 'ਚ ਹੀ ਬਸ ਲੱਗੇ ਆ। ਬਾਕੀ ਭੰਗੂੜੇ ਵੀ ਲੱਗੇ ਆ ਸਾਰੇ ਹੀ, ਜਿਹੜੇ ਆਮ ਮੇਲੇ 'ਚ ਹੁੰਦੇ ਪਿੰਡਾਂ ਪੁੰਡਾਂ 'ਚ ਸਾਰੇ ਹੀ, ਅਤੇ ਸਾਰੇ ਹੀ ਜਗਾਲ ਇੱਧਰ ਨਾਲ ਦਿਖਾਉਂਦੇ ਆ। ਵਾਹ ਜੀ ਵਾਹ, ਸਾਰਾ ਵਿਖਾਉਣਾ ਹੀ ਹੋ ਵਿਊ, ਹੋਰ ਕੇ ਬਣਾਉਣੀ ਹੋ। ਅਤੇ ਆਪਣੇ ਜਿਹੜੇ ਪੱਕੇ ਜਿਹੜੇ ਨਾਲ ਹੁੰਦੇ ਅਰਸ਼ ਅਰਸ਼ ਵਿਸ਼ਾਲ ਹੋਣੀ, ਹੋਰ ਯਾਰ ਬੇਲੀ ਆਪਣੇ ਆ ਗਏ ਆ ਸਾਰੇ ਆ ਲੱਗਾ ਵੇਖੋ ਕਿ ਨਾ ਭਾਈ ਦੱਸਿਆ ਮਾਝੀ ਵਾਲੇ ਆ।
ਮੇਲਾ ਭੈਣ ਬੁਖਾਰ ਨੂੰ ਝੂਟੇ ਜਾਣੇ ਦਵਾ ਘੂੜੇ ਲੱਗੇ ਤੇਰੇ ਪਾਪਾ ਮਿਲ ਜਾਂਗੇ ਟਿਕਟਾਂ ਲੈ ਭਾਈ ਨੂੰ 20 किधर चला आ गया 10 रुपए तुरतरे रवि 10 रुपए तुरतरे मिले कि नहीं तेन कद वाह ਸਹੇਲੀ ਦੇ ਹਵੇਲੀ ਛੇਤੀ ਨਹੀਂ ਬਣਦੀ ਲਿਖਿਆ ਵਾ ਲੈ ਚੱਕ ਗਿਆ ਲੈ ਚੱਕ ਆ ਗਿਆ ਮੈਂ ਆ ਗਿਆ ਆ ਗਏ ਮੈਂ ਨਿੰਬੂ ਵੱਧ ਨੇ ਚੋੜੀ ਯਾਰ ਪੂਰਾ 20% ਗੈਸ ਵਾਲਾ ਬਣਾ ਕੇ ਦੇਣਾ ਤੂੰ ਵੱਧ ਨਹੀਂ ਜੋੜੀ ਠੀਕ ਆ ਬੜੀ ਸ਼ੋਅ ਮਾਰੀ ਯਾਰ ਸਿੱਧਾ ਹੀ ਵਾਗੇ ਦੇ ਜਾਂਦੇ ਲੈ ਵੀ ਫੜ ਐਂਡ ਤੇ ਪੀਉ ਮੈਂ ਹਾਂ ਕਰਕੇ ਪੀਉ ਆ ਚਲੋ ਗਵਾਚਾ ਲੈ ਲੈ ਮੇਰੇ ਮੇਲੇ 'ਚ ਇਹ ਪੰਗੂੜੇ ਵਾਲੇ ਭਾਉ ਆਜੋ 50 ਰੁਪਏ ਕੀ ਹੁਆ ਕੀ ਗੱਲ ਹੋਈ ਆ ਬਹੁਤ ਮਾਰੇ ਹਾਲ ਨੇ ਭੀੜ ਵੇਖਾਂ ਮੈਨੂੰ ਗਾੜੀ ਚਲੋ ਲਓ ਟਿਕਟ ਫੇਰ ਜਾ ਨਹੀਂ ਆਉਂਦੀ ਆਡੀ ਦੇ ਲਗੇ ਰਹੋ ਤੱਕ ਲੋਤਾ ਮੈਂ ਲਗੇ ਰਹੋ ਆੜੀ ਵਾਰੀ ਹੁੰਦੇ ਚੱਲ ਲਾ ਆ ਗਈ ਵਾਰੀ ਠੀਕ ਹੈ ਪੈਸੇ ਸੁੱਟ ਕੇ ਨਿਕਲ ਗਿਆ ਮੁੰਡਾ ਤੇ ਹੁਣ ਗੁੱਸੇ ਵਿੱਚ ਆ ਬੜਾ ਡੜ 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 ਨਾ ਚੜੀਏ
ਠੀਕ ਆ ਹਾਂਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਕਮੈਂਟ ਕਰਕੇ ਜ਼ਰੂਰ ਦੱਸੋ ਕਿਵੇਂ ਦਾ ਲੱਗਾ ਵਲੋਗ ਅਤੇ ਇੱਦਾਂ ਹੀ ਨਵੇਂ ਨਵੇਂ ਵਲੋਗ ਹੋਰ ਆਪਾਂ ਪਾਉਂਦੇ ਰਹਾਂਗੇ ਅਤੇ ਬਾਕੀ ਅੱਜ ਦਾ ਵਲੋਗ ਥੋੜ੍ਹਾ ਸਾਰਿਆਂ ਨਾਲ ਬਾਕੀ ਹੈਗਾ ਅਤੇ ਉਮੀਦ ਆ ਕਿ ਤੁਹਾਨੂੰ ਵਧੀਆ ਵੀ ਲੱਗਾ ਹੋਊਗਾ ਵਿਸਾਖੀ ਦਾ ਮੇਲਾ ਖਾਲਸਾ ਕਾਲਜ ਦਾ ਕਿੱਦਾਂ ਲੱਗਾ ਅਤੇ ਫਿਰ ਮਿਲਾਂਗੇ ਹੁਣ ਅਗਲੇ ਵਲੋਗ 'ਚ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ